ਗੁਰੂ ਸਾਹਿਬ ਰਾਏਕੋਟ ਤੋਂ ਮਨੁੱਕੇ ਹੁੰਦੇ ਹੋਏ ਇਸ ਸਥਾਨ ਦੇ ਉੱਤੇ ਪੁੱਜੇ ਸੀ, ਐਸਾ ਇਤਿਹਾਸਕਾਰ ਦੱਸਦੇ ਨੇ। ਜਿਸ ਵਕਤ ਗੁਰੂ ਸਾਹਿਬ ਇਸ ਸਥਾਨ ਦੇ ਉੱਤੇ ਪੁੱਜੇ ਆਪਣੇ ਸਿੰਘਾਂ ਦੇ ਨਾਲ, ਅਤੇ ਉਹਨਾਂ ਨੂੰ ਇੱਥੇ ਇੱਕ ਟਾਪ ਯਾਨੀ ਕਿ ਤਲਾਬ ਪਾਣੀ ਦਾ ਉਹ ਨਜ਼ਰ ਆਇਆ। ਸਾਰੇ ਇਸ ਸਥਾਨ ਦੇ ਉੱਤੇ ਰੁਕਦੇ ਨੇ। ਗੁਰੂ ਸਾਹਿਬ ਦੇ ਇਸ਼ਨਾਨ ਕਰਨ ਦਾ ਵੀ ਇੱਥੇ ਵਰਣਨ ਆਉਂਦਾ ਹੈਗਾ ਕਿ ਉਹਨਾਂ ਨੇ ਇੱਥੇ ਇਸ਼ਨਾਨ ਵੀ ਕੀਤਾ। ਉਪਰੰਤ ਉਹਨਾਂ ਨੇ ਬੈਠ ਕੇ ਇੱਥੇ ਪਾਠ ਵੀ ਕੀਤਾ, ਐਸਾ ਵੀ ਇਤਿਹਾਸ ਲਿਖਿਆ ਹੋਇਆ ਹੈਗਾ। ਅਤੇ ਇਸ ਸਥਾਨ ਦੇ ਉੱਤੇ ਕੋਈ ਰਹਿਣ ਦਾ ਨਹੀਂ ਪ੍ਰਬੰਧ ਸੀਗਾ, ਅਤੇ ਇਤਿਹਾਸਕਾਰ ਦੱਸਦੇ ਨੇ ਕਿ ਰਾਤ ਉਹ ਉੱਥੇ ਨਹੀਂ ਰੁਕੇ। ਇੱਥੋਂ ਇੱਕ ਅੱਗੇ ਇੱਕ ਹੋਰ ਪਿੰਡ ਆਉਂਦਾ, ਪਿੰਡ ਚੱਕਰ, ਉੱਥੇ ਹੈਗਾ ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ। ਅਤੇ ਗੁਰੂ ਸਾਹਿਬ ਦੇ ਰਾਤ ਰੁਕਣ ਦਾ ਇਤਿਹਾਸ ਉਹ ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ ਜਿਹੜਾ ਪਿੰਡ ਚੱਕਰ ਵਿੱਚ ਹੈ ਉਹਦੇ ਨਾਲ ਜੋੜਿਆ ਜਾਂਦਾ ਹੈਗਾ। ਪਿੰਡ ਮਾਣੂਕੇ ਤੋਂ ਲੈ ਕੇ ਇਸ ਸਥਾਨ ਤੱਕ ਜਿਹੜਾ ਕਿ ਤਕਰੀਬਨ 4-5 ਕਿਲੋਮੀਟਰ ਹੈ, ਇਤਿਹਾਸਿਕ 2-3 ਮੀਲ ਦਾ ਜ਼ਿਕਰ ਆਇਆ ਇਹਦੇ ਵਿੱਚ, ਉਹਦੇ ਵਿੱਚ ਕੋਈ ਪਿੰਡ ਨਹੀਂ ਹੈਗਾ। ਅਤੇ ਹਾਲੇ ਵੀ ਤੁਸੀਂ ਆਉਂਦੇ ਹੈਗੇ ਹੋ, ਰਸਤੇ ਵਿੱਚ ਅਸੀਂ ਦੇਖਿਆ ਹੈਗਾ ਕਿ ਕੋਈ ਉਹਦੇ ਵਿੱਚ ਕੋਈ ਪਿੰਡ ਨਹੀਂ ਆਉਂਦਾ। ਇਸ ਸਥਾਨ ਦੇ ਉੱਤੇ ਆ ਕੇ ਗੁਰੂ ਸਾਹਿਬ ਦਾਤਨ ਕਰਦੇ ਨੇ, ਇਸ਼ਨਾਨ ਕਰਦੇ ਨੇ, ਉਹਦੇ ਬਾਅਦ ਬੈਠ ਕੇ ਵਾਹਿਗੁਰੂ ਦੀ ਉਸਤਤ ਕਰਦੇ ਨੇ, ਧਿਆਨ ਲਗਾਉਂਦੇ ਨੇ। ਇਹ ਸਾਰਾ ਕੁਝ ਇਤਿਹਾਸ 'ਚ ਦਰਸਾਇਆ ਗਿਆ ਹੈ ਕਿ ਇਹ ਸਾਰੀ ਚੀਜ਼ਾਂ ਗੁਰੂ ਸਾਹਿਬ ਨੇ ਇੱਥੇ ਆ ਕੇ ਕੀਤੀਆਂ। ਗੁਰੂ ਸਾਹਿਬ ਜੀ ਦੇ ਸ਼ਾਨ ਧਿਆਨ ਕਰਨ ਤੋਂ ਉਪਰੰਤ ਭਾਈ ਦਇਆ ਸਿੰਘ ਜੀ ਨੇ ਗੁਰੂ ਸਾਹਿਬ ਦੇ ਅੱਗੇ ਹੱਥ ਜੋੜ ਇੱਕ ਬੇਨਤੀ ਕੀਤੀ, ਇੱਕ ਸਵਾਲ ਪੁੱਛਿਆ। ਉਹ ਇਹ ਸੀਗਾ ਕਿ ਉਹਨਾਂ ਦੇ ਛੋਟੇ ਸਾਹਿਬਜ਼ਾਦੇ, ਉਹਨਾਂ ਦੇ ਵੱਡੇ ਸਾਹਿਬਜ਼ਾਦੇ, ਉਹ ਚਾਰੋਂ ਸ਼ਹੀਦ ਹੋ ਚੁੱਕੇ ਨੇ, ਅਤੇ ਮਾਤਾ ਗੁਜਰੀ ਜੀ ਉਹ ਵੀ ਜਾ ਕੇ ਸਵਰਗਾਂ ਵਿੱਚ ਜਾ ਬਿਰਾਜੇ ਨੇ। ਅਤੇ ਐਸੀ ਸਥਿਤੀ ਦੇ ਵਿੱਚ ਹੁਣ ਗੁਰੂ ਸਾਹਿਬ ਜੀ ਦੀ ਅਗਲੀ ਯੋਜਨਾ ਕੀ ਹੈ ਕਿ ਉਹ ਕੀ ਕਰਨਗੇ? ਗੁਰੂ ਸਾਹਿਬ ਜੀ ਨੇ ਇਹ ਸੁਣ ਆਪਣੀ ਤੇਗ ਨੂੰ ਆਪਣੇ ਸੀਨੇ ਨਾਲ ਲਾਇਆ ਅਤੇ ਭਾਈ ਦਇਆ ਸਿੰਘ ਜੀ ਨੂੰ ਉੱਤਰ ਦਿੱਤਾ ਕਿ ਭਾਈ ਦਇਆ ਸਿੰਘ ਜੀ, ਅੱਜ ਮੈਂ ਅਕਾਲ ਪੁਰਖ ਦਾ ਜਿਹੜਾ ਕਰਜ਼ਾ ਸੀ ਉਹ ਮੋੜ ਦਿੱਤਾ ਹੈ, ਉਹ ਅਕਾਲ ਪੁਰਖ ਦਾ ਕਰਜ਼ਾ ਅੱਜ ਮੈਂ ਚੁਕਾ ਦਿੱਤਾ ਹੈ। ਅਤੇ ਨਾਲ ਇਹ ਵੀ ਆਖਿਆ ਕਿ ਸਿੰਘ ਅਤੇ ਸ਼ੇਰ ਦੋਨੋਂ ਜੰਗਲ ਦੇ ਰਾਜੇ ਹੋਇਆ ਕਰਦੇ ਹਨ, ਤੁਸੀਂ ਅਕਾਲ ਪੁਰਖ 'ਤੇ ਭਰੋਸਾ ਰੱਖੋ, ਫਿਕਰ ਨਾ ਕਰੋ, ਅਕਾਲ ਪੁਰਖ ਸਭ ਠੀਕ ਕਰਨਗੇ। ਪਰ ਦਇਆ ਸਿੰਘ ਜੀ ਨੇ ਦੁਬਾਰਾ ਉਹਨਾਂ ਕੋਲ ਬੇਨਤੀ ਕੀਤੀ ਅਤੇ ਫਿਰ ਉਹ ਇਹ ਸਵਾਲ ਦੁਹਰਾਇਆ, ਜਿਹਦੇ ਉੱਤਰ ਵਿੱਚ ਇਤਿਹਾਸ ਦੇ ਵਿੱਚ ਉਹਨੂੰ ਕਵਿਤਾ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਉਹ ਹੁਣ ਉਹਨਾਂ ਨੇ ਆਪ ਵਚਨ ਉਚਾਰੇ ਸੀ ਜਾਂ ਕਿਸੇ ਕਵੀ ਦੀ ਕਲਪਨਾ ਹੈ, ਇਹਦੇ ਬਾਰੇ ਵਿੱਚ ਮੈਂ ਕੋਈ ਪੱਕੇ ਤਰੀਕੇ ਦੇ ਨਾਲ ਨਹੀਂ ਕਹਿ ਸਕਦਾ, ਪਰ ਜਿਹੜੇ ਉਹ ਵਚਨ ਉਸ ਵਕਤ ਇਤਿਹਾਸ ਵਿੱਚ ਲਿਖੇ ਹੋਏ ਨੇ ਉਹ ਕੁਛ ਇਸ ਪ੍ਰਕਾਰ ਸਨ। ਸਿੰਘੋ ਤਿਆਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਉਦੋਂ ਪਿਤਾ ਨੂੰ ਦੇਸ਼ 'ਤੇ ਵਾਰਿਆ ਮੈਂ, ਮਾਤਾ ਗੁਜਰੀ ਸਹਿੰਦ ਦੇ ਵਿੱਚ ਗੁਜ਼ਰੀ, ਸਮਾਂ ਗੁਜ਼ਰਿਆ ਜਿਵੇਂ ਗੁਜ਼ਾਰਿਆ ਮੈਂ। ਚਾਰ ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਚਾਰ ਪੁੱਤਰ ਸਨ ਬਖਸ਼ੇ ਪਰਮਾਤਮਾ ਨੇ, ਉਹ ਵੀ ਜੋੜਾ ਜੋੜਾ ਕਰਕੇ ਵਾਰਿਆ ਮੈਂ। ਮੈਨੂੰ ਸ਼ਹਿਨਸ਼ਾਹ ਨਾ ਤੁਸੀਂ ਕਹੋ ਸਿੰਘੋ, ਕਿਸ਼ਤਾਂ ਨਾਲ ਹੈ ਕਰਜ਼ਾ ਉਤਾਰਿਆ ਮੈਂ। ਇਹ ਸਾਰਾ ਕੁਛ ਹੋਣ ਦੇ ਬਾਅਦ ਗੁਰੂ ਸਾਹਿਬ ਨੇ ਆਪਣਾ ਮਨ ਜ਼ਫਰਨਾਮਾ ਲਿਖਣ ਵਾਸਤੇ ਬਣਾਇਆ। ਇਸ ਸਥਾਨ ਦੇ ਉੱਤੇ ਰਹਿਣ ਦਾ ਕੋਈ ਪ੍ਰਬੰਧ ਨਹੀਂ ਸੀਗਾ, ਸ਼ਾਮ ਦਾ ਸਮੇਂ ਹੋ ਚੁੱਕਿਆ ਸੀਗਾ, ਅਤੇ ਗੁਰੂ ਸਾਹਿਬ ਫਿਰ ਇੱਥੋਂ ਚਾਲੇ ਪਾ ਅਗਲੇ ਪਿੰਡ ਦੇ ਵੱਲ ਅੱਗੇ ਪ੍ਰਧਾਰ ਜਾਂਦੇ ਨੇ।
ਉਹ ਸਥਾਨ ਸੀਗਾ ਪਿੰਡ ਚੱਕਰ ਜਿੱਥੇ ਗੁਰਦੁਆਰਾ ਸ਼੍ਰੀ ਗੁਰੂਸਰ ਸਾਹਿਬ ਸ਼ੋਭਾਇਮਾਨ ਨੇ। ਸੋ ਇਹ ਸੀਗਾ ਇਸ ਸਥਾਨ ਦਾ ਇਤਿਹਾਸ ਜਿਹੜਾ ਆਪ ਜੀ ਨੇ ਮੇਰੇ ਤੋਂ ਸ਼ਰਵਣ ਕੀਤਾ। ਬੋਲਦੇ ਵਕਤ ਕੋਈ ਸ਼ਬਦ ਗਲਤ ਉਚਾਰੇ ਗਏ ਹੋਣ ਜਾਂ ਕੋਈ ਇਤਿਹਾਸ ਦੱਸੇ ਵਕਤ ਕੋਈ ਗਲਤੀ ਹੋਈ ਹੋਏਗੀ ਤਾਂ ਸ਼ਮਾ ਦੇ ਯਾਚਕ ਹੈਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਇਸ ਵਕਤ ਅਸੀਂ ਠੀਕ ਵਿੱਚੋਂ ਵਿਚਕਾਰ ਵਿੱਚ ਖਲੋਤੇ ਹੈਗੇ ਹਾਂ ਉਸ ਓਪਨ ਏਅਰ ਮਿਊਜ਼ੀਅਮ ਦੇ ਵਿੱਚ, ਜਿੱਥੇ ਸਿੱਖ ਇਤਿਹਾਸ ਨੂੰ ਪੂਰੀ ਤਰੀਕੇ ਨਾਲ ਦਰਸਾਇਆ ਗਿਆ ਹੈਗਾ। ਚਾਹੇ ਉਹ ਭਾਈ ਮਨੀ ਸਿੰਘ ਜੀ ਜਾਂ ਭਾਈ ਸਤੀਦਾਸ ਜੀ, ਭਾਈ ਮਤੀਦਾਸ ਜੀ ਦਾ ਇਤਿਹਾਸ ਹੋਵੇ, ਕਿਸ ਤਰ੍ਹਾਂ ਉਹਨਾਂ ਨੂੰ ਆਰੇ ਨਾਲ ਕਟਾਇਆ ਗਿਆ, ਕਿਸ ਤਰ੍ਹਾਂ ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟੇ ਗਏ, ਜਾਂ ਫਿਰ ਸੂਬੇ ਦੀ ਕਚਹਿਰੀ ਹੋਵੇ ਜਿਹਦੇ ਵਿੱਚ ਛੋਟੇ ਸਾਹਿਬਜ਼ਾਦੇ ਕਿਸ ਤਰੀਕੇ ਨਾਲ ਬਿਨਾਂ ਸਿਰ ਚੁਕਾਏ ਅੰਦਰ ਗਏ, ਮਾਤਾ ਗੁਜਰੀ ਜੀ ਨੇ ਕਿਸ ਤਰ੍ਹਾਂ ਉਹਨਾਂ ਨੂੰ ਭੇਜਿਆ, ਜਾਂ ਉਹ ਠੰਡਾ ਬੁਰਜ ਹੋਵੇ ਜਿੱਥੇ ਭਾਈ ਮਹਿਰਾ ਜੀ ਮਾਤਾ ਗੁਜਰੀ ਜੀ ਨੂੰ ਛੋਟੇ ਸਾਹਿਬਜ਼ਾਦੇ ਦੀ ਸ਼ਹਾਦਤ ਦੇ ਬਾਰੇ ਦੱਸਣ ਵਾਸਤੇ ਆਏ, ਜਾਂ ਉਹ ਜੰਗ ਦੇ ਦ੍ਰਿਸ਼ ਹੋਣ ਜਿੱਥੇ ਸਿੱਖਾਂ ਦੇ ਸਿਰਾਂ ਦਾ ਮੁੱਲ ਲਾਇਆ ਗਿਆ ਅਤੇ ਸਿੱਖਾਂ ਦੇ ਸਿਰਿਆਂ ਨੂੰ ਕੱਟ ਕੇ ਨੇਜਿਆਂ 'ਤੇ ਚੜ੍ਹ ਕੇ ਇੱਥੇ ਲਿਆਇਆ ਗਿਆ। ਮੁਗਲ ਫੌਜ ਦੇ ਸਾਰੇ ਜ਼ੁਲਮ ਜੋ ਉਹਨਾਂ ਨੇ ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਦੇ ਉੱਤੇ ਢਾਏ, ਇਹ ਮਿਊਜ਼ੀਅਮ ਉਸਨੂੰ ਬੜੀ ਚੰਗੀ ਤਰ੍ਹਾਂ ਦਰਸਾਉਂਦਾ ਹੈਗਾ। ਸਿੱਖਾਂ ਦੇ ਉੱਤੇ ਕੀਤੇ ਹੋਏ ਇਹ ਜ਼ੁਲਮਾਂ ਦੇ ਇਤਿਹਾਸ ਨੂੰ ਜਿਸ ਤਰੀਕੇ ਨਾਲ ਇੱਥੇ ਦਰਸਾਇਆ ਗਿਆ ਹੈਗਾ, ਉਹ ਦੇਖ ਕੇ ਮਨ ਬੜਾ ਵਿਚਲਿਤ ਹੋ ਜਾਂਦਾ ਹੈਗਾ ਅਤੇ ਉਹ ਸਾਰੇ ਦ੍ਰਿਸ਼ ਅੱਖਾਂ ਦੇ ਅੱਗੇ ਘੁੰਮ ਜਾਂਦੇ ਨੇ ਅਤੇ ਲੱਗਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਜੀਤੇ ਜਾਗਤਾ ਉਹ ਇਤਿਹਾਸ ਵੇਖ ਰਹੇ ਹੋ। ਇੱਥੇ ਕੋਈ ਬੁੱਧ ਪ੍ਰਸਤੀ ਦੀ ਗੱਲ ਨਹੀਂ ਕੀਤੀ ਗਈ ਜਿਸ ਤਰ੍ਹਾਂ ਸਿੱਖ ਇਤਿਹਾਸ ਵਿੱਚ ਹੈਗਾ ਕਿ ਵੀ ਅਸੀਂ ਸਾਡੇ ਇੱਥੇ ਬੁੱਧ ਬਣਾਉਣੇ ਮਨਾ ਨੇ, ਅਤੇ ਇਹ ਸਿਰਫ ਇਤਿਹਾਸ ਨੂੰ ਦਰਸਾਉਣ ਵਾਸਤੇ ਬਣਾਇਆ ਗਿਆ ਹੈਗਾ। ਇੱਥੇ ਗੁਰੂ ਸਾਹਿਬ ਜੀ ਦੀ ਕੋਈ ਵੀ ਮੂਰਤੀ ਇੱਥੇ ਨਹੀਂ ਹੈਗੀ ਜਿਹਦੇ ਨਾਲ ਇਹ ਲੱਗੇ ਕਿ ਅਸੀਂ ਮੂਰਤੀ ਪੂਜਾ ਕਰਨੀ ਹੈਗਾ, ਇਸ ਵਾਸਤੇ ਕੁਛ ਵੀ ਨਹੀਂ ਹੈਗਾ। ਪਰ ਜਦ ਤੁਸੀਂ ਵਿਜੂਅਲੀ ਕਿਸੇ ਚੀਜ਼ ਨੂੰ ਦੇਖਦੇ ਹੈਗੇ ਹੋ ਤਾਂ ਉਹ ਤੁਹਾਡੇ ਮਨ 'ਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀ ਹੈਗੀ। ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਨਾਲ ਇਹ ਸਾਰਾ ਜਿਹੜਾ ਇੱਥੇ ਮਿਊਜ਼ੀਅਮ ਬਣਿਆ ਹੋਇਆ ਹੈਗਾ ਉਹ ਕਿਤਨਾ ਵੱਡੇ ਇਲਾਕੇ 'ਚ ਬਣਾਇਆ ਗਿਆ ਹੈਗਾ ਅਤੇ ਉਹਦੇ ਅੰਦਰ ਕਿਹੜੀ ਕਿਹੜੀ ਚੀਜ਼ਾਂ ਦਿਖਾਈਆਂ ਗਈਆਂ ਨੇ, ਇਹ ਸਾਰਾ ਦ੍ਰਿਸ਼ ਤੁਸੀਂ ਸਾਡੇ ਨਾਲ ਵੇਖ ਸਕਦੇ ਹੈਗੇ ਹੋ। ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ